ਕਹਿੰਦੇ ਨੇ ਜਿਸ ਵਿਅਕਤੀ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਕੁੜਤੰਤਾ ਦਾ ਸਵਾਦ ਲਿਆ ਹੋਵੇ ਉਹ ਵਿਅਕਤੀ ਜ਼ਿੰਦਗੀ ਦੇ ਵਿੱਚ ਅਸਲ ਮਾਇਨੇ ਦੇ ਵਿੱਚ ਜੋ ਜ਼ਿੰਦਗੀ ਹੁੰਦੀ ਹੈ ਉਸ ਨੂੰ ਜਾਣਦਾ ਹੈ ਉਸ ਦੇ ਸਾਰੇ ਰੰਗ ਤੇ ਸਵਾਦ ਉਸ ਵਿਅਕਤੀ ਨੂੰ ਪਤਾ ਹੁੰਦੇ ਹੈ ਅੱਜ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਵਿਅਕਤੀ ਦੀ ਜਿਸ ਨੇ ਪਿਤਾ ਨੀਤਾ ਸੰਘਰਸ਼ ਕੀਤਾ ਹੀ ਹੈ ਪਰ ਉਸੇ ਦੇ ਨਾਲ ਪੁੱਤ ਨੇ ਵੀ ਗੱਡੀ ਦੇ ਉੱਤੇ ਖੜ ਕੇ ਸੜਕ ਦੇ ਉੱਤੇ ਖੜ ਕੇ ਜਿਹੜੀ ਚਾਹ ਵੇਚੀ ਹੈ। ਇਹ ਕਹਾਣੀ ਉਸ ਆਈਐਸ ਅਫਸਰ ਦੀ ਹੈ ਜਿਸਨੇ ਬਿਨਾਂ ਸ਼ਰਮ ਕੀਤੇ ਅਣਥਕ ਮਿਹਨਤ ਕੀਤੀ ਹੈ ਤੇ ਅੱਜ ਉਸ ਮੁਕਾਮ ਤੇ ਪਹੁੰਚਿਆ ਜਿਥੇ ਸ਼ਾਇਦ ਲੱਖਾਂ ਲੋਕਾਂ ਦਾ ਸੁਪਨਾ ਹੁੰਦਾ ਹੈ। ਲੋਕ ਸਾਲੋ ਸਾਲ ਲਗਾ ਦਿੰਦੇ ਨੇ ਪਰ ਯੂਪੀਐਸਸੀ ਕਲੀਅਰ ਨਹੀਂ ਕਰ ਪਾਉਂਦੇ ਨੇ। ਫਿਰ ਵੀ ਉਹ ਲਾਈਨਾਂ ਦੇ ਵਿੱਚ ਅਫਸਰਾਂ ਦੀਆਂ ਜੁੱਤੀਆਂ ਕਿਸ ਦੇ ਰਹਿ ਜਾਂਦੇ ਨੇ ਪਰ ਇਕ ਨੌਜਵਾਨ ਜਿਸਨੇ ਸੁਪਨਾ ਵੇਖਿਆ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਵੱਡਾ ਅਧਿਕਾਰੀ ਬਣਨਾ ਹੈ ਤੇ ਮੇਰਾ ਇੱਕ ਹਸਤਾਖਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਤੇ ਕਿਸੇ ਸੂਬੇ ਦੇ ਵਿੱਚ ਇੱਕ ਵਧੀਆ ਪ੍ਰਗਤੀ ਦੀ ਲਹਿਰ ਲੈ ਕੇ ਆ ਸਕਦਾ ਹੈ ਤਾਂ ਇਹ ਕਹਾਣੀ ਹੈ ਹਿਮਾਂਸ਼ੂ ਗੁਪਤਾ ਦੀ ਜਿਨ੍ਹਾਂ ਦੇ ਵੱਲੋਂ ਜ਼ਿੰਦਗੀ ਦੇ ਵਿੱਚ ਅਰਥਕ ਮਿਹਨਤ ਕੀਤੀ ਗਈ ਹੈ ਪਤਾ ਸੀ ਕਿ ਘਰ ਦੇ ਵਿੱਚ ਬਹੁਤ ਸਾਰੀ ਦਿੱਕਤ ਪਰੇਸ਼ਾਨੀ ਹੈ ਕਿਉਂਕਿ ਪਿਤਾ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਸੀ ਖੁਦ ਵੀ ਸਕੂਲੋਂ ਆਉਣ ਤੋਂ ਬਾਅਦ ਜਿਹੜੀ ਸੜਕ ਦੇ ਉੱਤੇ ਸਟਾਲ ਲਗਾ ਕੇ ਚਾ ਬੀਤੀ ਜਾਂਦੀ ਸੀ ਪਰ ਇਰਾਦਾ ਇੰਨਾ ਮਜ਼ਬੂਤ ਸੀ ਨੇਕ ਇਰਾਦਾ ਸੀ ਇਮਾਨਦਾਰੀ ਸੀ ਕਿ ਇਹ ਪਤਾ ਸੀ ਕਿ ਅੱਖਾਂ ਦੇ ਵਿੱਚ ਕੁਝ ਹੈ ਕੁਝ ਕਰਨ ਦਾ ਜਨੂੰਨ ਜ਼ਰੂਰ ਹੈ ਤੇ ਇਸੇ ਜਨੂੰਨ ਦੇ ਚੱਲਦੇ ਹਿਮਾਂਸ਼ੂ ਗੁਪਤਾ ਦੇ ਵੱਲੋਂ ਪਹਿਲਾ ਤਾਂ ਆਪਣੀ ਪਲੱਸ 2 ਪਾਸ ਕੀਤੀ ਗਈ ਪਲੱਸ 2 ਤੋਂ ਬਾਅਦ ਸਿੱਧਾ ਹੀ ਡੈਲੀ ਯੂਨੀਵਰਸਿਟੀ ਤੋਂ ਉਹਨਾਂ ਦੇ ਵੱਲੋਂ ਕਾਲਜ ਦੇ ਅੰਡਰ ਹੋ ਕੇ ਗ੍ਰੈਜੂਏਸ਼ਨ ਕੀਤੀ ਜਾਂਦੀ ਹੈ ਸਾਇੰਸ ਦੇ ਵਿੱਚ ਉਸ ਤੋਂ ਬਾਅਦ ਮਾਸਟਰਸ ਕਰਦੇ ਨੇ ਮਾਸਟਰਸ ਤੋਂ ਬਾਅਦ ਪੀ ਐਚ ਡੀ ਤੱਕ ਦਾ ਪੌਂਚਰ ਦਾ ਜਿਹੜਾ ਸੁਪਨਾ ਪੂਰਾ ਹੋ ਜਾਂਦਾ ਤੁਸੀਂ ਸੋਚ ਸਕਦੇ ਹੋ ਕੁਝ ਲੋਕੀ ਇਹ ਸਮਝ ਨਹੀਂ ਨੇ ਜ਼ਿੰਦਗੀ ਦੇ ਵਿੱਚ ਕਿ ਅਸੀਂ ਜਦੋਂ ਮਿਹਨਤ ਕਰਨਾ ਸ਼ੁਰੂ ਕਰਦੇ ਆ ਜਾਂ ਸਾਡਾ ਕੋਈ ਸੁਪਨਾ ਦੇਖਣਾ ਹੁੰਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਸਾਡੇ ਪਰਿਵਾਰ ਕੋਲ ਇੰਨਾ ਜ਼ਿਆਦਾ ਫਾਈਨੈਂਸਲੀ ਫਾਈਨੈਂਸ਼ਲੀ ਜਿਹੜਾ ਉਹ ਪੂਰਨ ਤੌਰ ਤੇ ਅਸੀਂ ਨਹੀਂ ਵਧੀਆ ਨੇ ਤਾਂ ਸਾਡੇ ਮਾਪੇ ਜਿਹੇ ਕੰਮ ਕਰਦੇ ਨੇ ਕਿ ਸ਼ਾਇਦ ਉਹ ਸਾਨੂੰ ਉਸ ਮੁਕਾਮ ਤੱਕ ਨਹੀਂ ਲੈ ਜਾ ਸਕਦੇ ਨੇ ਪਰ ਕਹਿੰਦੇ ਨੇ ਕਿ ਜੇਕਰ ਤੁਹਾਡੇ ਇਰਾਦੇ ਨੇਕ ਹੋਵੇ ਸਪਨੇ ਤੁਹਾਡੀ ਅੱਖਾਂ ਦੇ ਵਿੱਚ ਹੋਣ ਤੇ ਤੁਸੀਂ ਇਹ ਸਪਨੇ ਜਿਹੜਿਆ ਬੰਦ ਅੱਖਾਂ ਦੇ ਨਾਲ ਨਹੀਂ ਖੁੱਲੀਆਂ ਅੱਖਾਂ ਦੇ ਨਾਲ ਦੇਖੋ ਤਾਂ ਉਹ ਸਪਨੇ ਪੂਰਨ ਤੌਰ ਤੇ ਪੂਰੇ ਹੋ ਹੀ ਜਾਂਦੇ ਨੇ ਤੇ ਇਹ ਕਹਾਣੀ ਹੈ ਉੱਤਰਾਖੰਡ ਦੇ ਜਿਹੜੇ ਹਿਮਾਂਸ਼ੂ ਗੁਪਤਾ ਦੀ ਜਿਨ੍ਹਾਂ ਦੇ ਵੱਲੋਂ ਸਖਤ ਮਿਹਨਤ ਜ਼ਿੰਦਗੀ ਦੇ ਵਿੱਚ ਕੀਤੀ ਗਈ ਹੈ ਤੇ ਉਹ ਅੱਜ ਆਈਐਸ ਅਧਿਕਾਰੀ ਬਣੇ ਨੇ ਉੱਤਰਾਖੰਡ ਦੇ ਸਿਤਾਰਗੰਜ ਦੇ ਸਧਾਰਨ ਪਰਿਵਾਰ ਦੇ ਵਿੱਚ ਜਨਮੇ ਹਿਮਾਂਸ਼ੂ ਗੁਪਤਾ ਬਚਪਨ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਚੰਗੇ ਸੀ ਪਰ ਉਹਨਾਂ ਦਾ ਬਚਪਨ ਆਮ ਬੱਚਿਆ ਆਵਾਗ ਨਹੀਂ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਆਰਥਿਕ ਸਥਿਤੀ ਬਹੁਤ ਜ਼ਿਆਦਾ ਮਾੜੀ ਸੀ ਪਿਤਾ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਸੀ ਆਪ ਵੀ +2 ਤੋਂ ਬਾਅਦ ਤੇ +2 ਤੱਕ ਵੀ ਉਹਨਾਂ ਨੇ ਸੜਕਾਂ ਤੇ ਖੜੇ ਹੋ ਕੇ ਚਾਹ ਵੇਚੀ ਹੈ ਤੇ ਕੰਮ ਹੋਰ ਦਿਹਾੜੀ ਮਜ਼ਦੂਰੀ ਦਾ ਵੀ ਕੀਤਾ ਪਰ ਪਲਸ 2 ਤੋਂ ਬਾਅਦ ਹਿਮਾਂਸ਼ੂ ਜਿਹੜੇ ਨੇ ਗ੍ਰੈਜੂਏਸ਼ਨ ਕਰਦੇ ਨੇ ਨਾਲ ਟਿਊਸ਼ਨਸ ਪੜਾਉਂਦੇ ਨੇ ਮਾਸਟਰਸ ਪੀ ਐਚ ਡੀ ਕਰਦੇ ਨੇ ਫਿਰ ਉਹਨਾਂ ਤੋਂ ਬਾਅਦ 2018 ਦੇ ਵਿੱਚ ਉਹਨਾਂ ਨੇ ਸਰਕਾਰੀ ਨੌਕਰੀ ਦਾ ਪੇਪਰ ਭਰਿਆ ਰੇਲਵੇ ਦੇ ਵਿੱਚ ਉੱਚ ਅਧਿਕਾਰੀ ਦੇ ਅਹੁਦੇ ਤੇ ਉਹਨਾਂ ਦਾ ਸਿਲੈਕਸ਼ਨ ਹੋ ਜਾਂਦਾ ਪਰ ਹਿਮਾਂਸ਼ੂ ਨੂੰ ਇਹ ਪਤਾ ਸੀ ਜੇਕਰ ਉਹ ਰੇਲਵੇ ਦੀ ਨੌਕਰੀ ਦਾ ਟੈਸਟ ਕਲੀਅਰ ਕਰ ਸਕਦੇ ਆ ਤਾਂ ਫਿਰ ਉਹ ਯੂਪੀਐਸਸੀ ਕਿਉਂ ਨਹੀਂ ਕਲੀਅਰ ਕਰ ਸਕਦੇ ਯੂਪੀਐਸਸੀ ਦੀ ਤਿੰਨ ਵਾਰ ਕੋਸ਼ਿਸ਼ ਦੇ ਵਿੱਚ ਪ੍ਰੀਖਿਆ ਦਿੱਤੀ ਕੋਸ਼ਿਸ਼ ناکਾਮ ਹੁੰਦੀ ਹੈ ਪਰ ਚੌਥੀ ਵਾਰ ਮਿਹਨਤ ਸਖਤ ਕਰਨ ਤੋਂ ਬਾਅਦ ਟੈਸਟ ਉਹਨਾਂ ਦਾ ਕਲੀਅਰ ਹੋ ਜਾਂਦਾ ਹੈ ਟੈਸਟ ਦੇਣ ਤੋਂ ਬਾਅਦ ਇੰਟਰਵਿਊ ਵੀ ਕਲੀਅਰ ਹੁੰਦਾ ਤੇ ਉਸ ਤੋਂ ਬਾਅਦ ਅੱਜ ਹਿਮਾਂਸ਼ੂ ਗੁਪਤਾ ਆਈਏਐਸ ਅਧਿਕਾਰੀ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਨੌਕਰੀ ਕਰ ਰਹੇ ਨੇ ਪਰ ਹਿਮਾਂਸ਼ ਦੀ ਕਹਾਣੀ ਸਾਨੂੰ ਇਹ ਸਿੱਖਿਆ ਜ਼ਰੂਰ ਦਿੰਦੀ ਹੈ ਸਾਡੇ ਜੇਕਰ ਇਰਾਦੇ ਮਜ਼ਬੂਤ ਹੋਣ ਜੇਕਰ ਸਾਡੀ ਸੋਚ ਵਧੀਆ ਹੋਵੇ ਜੇਕਰ ਸਾਨੂੰ ਮਿਹਨਤ ਕਰਨਾ ਆਉਂਦਾ ਹੋਵੇ ਤੇ ਨਾਲ ਹੀ ਅਸੀਂ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਆਪਣੀ ਕਮਜ਼ੋਰੀ ਨਹੀਂ ਸਗੋ ਇੱਕ ਮੌਕੇ ਦੀ ਤਰ੍ਹਾਂ ਦੇਖੀਏ ਕਿ ਇਹ ਆਰਥਿਕ ਸਥਿਤੀ ਸਾਨੂੰ ਕਿੰਨਾ ਕੁ ਮਜ਼ਬੂਤ ਬਣਾਉਂਦੀ ਹੈ ਕਿੰਨਾ ਕੁ ਸਿਖਾਉ ਵੀ ਦਿੰਦੀ ਹੈ ਤੇ ਨਾਲ ਹੀ ਸਾਨੂੰ ਇਹ ਆਰਥਿਕ ਸਥਿਤੀ ਜਿਹੜੀਆਂ ਰੋਜ਼ਾਨਾ ਆਉਣ ਵਾਲੇ ਇਹ ਔਕੜਾ ਜਿਹੜਾ 69 ਸੰਘਰਸ਼ ਅਸੀਂ ਕਹਿੰਦੇ ਆ ਉਹਨਾਂ ਨੂੰ ਲੜਨਾ ਸਿਖਾ ਦਿੰਦੀ ਹੈ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦਿੱਕਤ ਪਰੇਸ਼ਾਨੀ ਸਾਨੂੰ ਆਂਦੀ ਹੈ ਤਾਂ ਅਸੀਂ ਉਸ ਨੂੰ ਹੱਸ ਕੇ ਖਿੜੇ ਮੱਥੇ ਜੜੇ ਹੈ ਉਹ ਜਿਹੜਾ ਹਾਂ ਦੇ ਵਿੱਚ ਹਾਂ ਪੱਖੀ ਤੌਰ ਤੇ ਲੈਂਦੇ ਨੇ ਤੇ ਸਾਡੇ ਉੱਪਰ ਨਾ ਨੈਗੇਟਿਵਿਟੀ ਆਂਦੀ ਹੈ ਤੇ ਨਾਲ ਹੀ ਸਾਨੂੰ ਤਜਰਬਾ ਜ਼ਿੰਦਗੀ ਦੇ ਵਿੱਚ ਬਹੁਤ ਹੋ ਜਾਂਦਾ ਹੈ ਜਿਸ ਕਾਰਨ ਅਸੀਂ ਵਧੀਆ ਅਹੁਦੇ ਤੇ ਪਹੁੰਚ ਵੀ ਜਾਂਦੇ ਨੇ ਪਰ ਹਿਮਾਚਲ ਦੀ ਕਹਾਣੀ ਉਹਨਾਂ ਲੋਕਾਂ ਦੇ ਮੂੰਹ ਤੇ ਉੱਤੇ ਇੱਕ ਚਪੇੜ ਜ਼ਰੂਰ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸ਼ਾਇਦ ਸਾਡੀ ਕਿਸਮਤ ਦੇ ਵਿੱਚ ਐਨਾ ਕੀ ਲਿਖਿਆ ਸ਼ਾਇਦ ਅਸੀਂ ਇਹ ਕੰਮ ਨਹੀਂ ਕਰ ਸਕਦੇ ਪਰ ਹਿਮਾਂਸ਼ੂ ਦੀ ਕਹਾਣੀ ਸਾਨੂੰ ਇਹ ਜ਼ਰੂਰ ਸਿਖਾਉਂਦੀ ਹੈ ਜੇਕਰ ਇਰਾਦਾ ਮਜ਼ਬੂਤ ਹੋਵੇ ਤੇ ਇਮਾਨਦਾਰੀ ਹੋਵੇ ਤੁਸੀਂ ਕਿਤੇ ਵੀ ਪਹੁੰਚ ਸਕਦੇ ਹੋ ਤੁਹਾਡੀ ਮੰਜ਼ਿਲ ਕਦੀ ਵੀ ਦੂਰ ਨਹੀਂ ਹੁੰਦੀ ਸਿਰਫ ਤੁਹਾਡੇ ਕੋਲ ਸਰਚਾਈ ਇਮਾਨਦਾਰੀ ਤੇ ਮਿਹਨਤ ਥੋੜੀ ਚਾਹੀਦੀ ਇਹ ਤਿੰਨੋਂ ਚੀਜ਼ਾਂ ਦਾ ਜਦੋਂ ਸੁਮੇਲ ਹੋ ਜਾਂਦਾ ਹੈ ਵਿਅਕਤੀ ਜਿਹੜਾ ਹੈ ਬਹੁਤ ਉੱਚ ਸਿਖਰਾਂ ਤੇ ਪਹੁੰਚਦਾ ਹੈ ਉਹ ਵੀ ਇਮਾਨਦਾਰੀ ਦੇ ਨਾਲ ਤੇ ਨਾ ਹੀ ਕਦੀ ਉਸ ਵਿਅਕਤੀ ਨੂੰ ਜੀਵਨ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਆਂਦੀ ਹੈ ਤਾਂ ਹਿਮਾਂਸ਼ੂ ਗੁਪਤਾ ਆਈਐਸ ਅਧਿਕਾਰੀ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ